ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬੱਬੂ, ਤੁਸੀਂ ਦੇਖ ਰਹੇ ਹੋ ਬੱਬੂ ਟੈਕਨੀਕਲ ਚੈਨਲ। ਅੱਜ ਦਾ ਪ੍ਰੋਜੈਕਟ ਲੈ ਕੇ ਆਏ ਆਪਾਂ 3 HP ਦਾ। ਅੱਜ ਆਪਾਂ ਆਏ ਸੀ ਪਿੰਡ ਮਮਾਰੇ ਮੋਟਰ ਲਾਉਣ 3 HP ਦੀ। ਵਿਖਾਉਣੇ ਤੁਹਾਨੂੰ ਆਪਾਂ ਵੀ ਮੋਟਰ ਦਾ ਸਮਾਨ ਖਰੀਦਦੇ ਸਮੇਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਅਤੇ ਕੀ ਸਮਾਨ ਮਿਲਦਾ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆਪਾਂ ਸਟਾਰਟਰ ਕਸਣ ਵਾਲਾ ਸਟੈਂਡ। ਇਹ ਬਹੁਤ ਪਤਲੀਆਂ ਪੱਤੀਆਂ ਵਿੱਚ ਵੀ ਆਉਂਦਾ ਅਤੇ ਮੋਟੀਆਂ ਪੱਤੀਆਂ ਵਿੱਚ ਵੀ ਆਉਂਦਾ। ਤਾਂ ਇਹਦੇ ਵਿੱਚ ਇੰਚੀ ਦੀ ਸਪੇਸ ਛੱਡ ਕੇ ਸਲ ਮਾਰੇ ਹੁੰਦੇ ਆ। ਤਾਂ ਕਈ ਪੱਤੀਆਂ ਇਹੋ ਜਿਹੀਆਂ ਵੀ ਆਉਂਦੀਆਂ ਜਿਹਦੇ 'ਚ ਕੋਈ ਸਾਲ ਨਹੀਂ ਮਾਰਿਆ ਹੁੰਦਾ, ਤਾਂ ਸਟਾਰਟਰ ਕਸਣ ਮੌਕੇ ਬਹੁਤ ਦਿੱਕਤ ਆਉਂਦੀ ਆ। ਆਹ ਜਿਹੜਾ ਮੇਨ ਕਲੰਪ ਆ ਪੋਲ ਨਾਲ ਲੱਗ ਜਾਣਾ, ਸਪੋਰਟ ਪਾਈਪਾਂ ਨੂੰ ਫੜ ਕੇ ਰੱਖੂਗਾ। ਆਹ ਯੂ ਕਲੰਪ ਜਿਹੜੇ ਉੱਪਰ ਰਾਫਟਰ ਨੂੰ ਸਪੋਰਟ ਪਾਈਪਾਂ ਨਾਲ ਫੜ ਕੇ ਰੱਖਣਗੇ। ਆਹ ਵਾਲੇ ਪੰਜ ਸੂਤੇ ਨਟ ਜਿਹੜੇ ਰਾਊਂਡ ਪੁਲੀ ਜਿਹੜੀ ਉੱਪਰੋਂ ਸਿਸਟਮ ਘੁੰਮਦਾ ਉਹਦੇ ਵਿੱਚ ਇਹ ਪੰਜ ਸੂਤੇ ਨਟ ਪੈਂਦੇ ਆ। ਅਤੇ ਪਹਿਲਾਂ ਆਪਣੇ ਜਿਹੜੇ ਆਪਾਂ ਪਲਾਂਟ ਲਾਉਂਦੇ ਸੀ ਉਹਦੇ ਵਿੱਚ 1 ਕਿੱਲੀ ਆਉਂਦੀ ਸੀ, ਹੁਣ ਇਹਦੇ 'ਚ 2 ਕਿੱਲੀਆਂ ਆਉਣ ਲੱਗ ਗਈਆਂ। ਐਂਟੀਥੈਫਟ ਨਟ ਜਿਹੜੇ ਪੈਨਲਾਂ ਨੂੰ ਲੌਕ ਕਰ ਲੈਂਦੇ ਆ, ਇਹ ਸਟੀਲ ਦੇ ਆ। ਤਾਂ ਵਾਹਲਾਂ ਸਹਿਜ ਵੀ ਤੁਸੀਂ ਵੇਖ ਸਕਦੇ ਬਹੁਤ ਮੋਟੀਆਂ, ਹੁਣ ਡਬਲ ਡਬਲ ਵਾਹਲਾਂ ਨਾਲ ਆ ਗਏ ਇਹ। ਆਹ ਵਾਲੇ ਜਿਹੜੇ 4 ਸੂਤੇ ਨਟ ਜਿਹੜੇ ਪੂਰੇ ਸਟਰਕਚਰ ਨੂੰ ਕਸਣਗੇ। ਆਹ ਸਪੋਰਟ ਪਾਈਪਾਂ 3.5 ਫੁੱਟ ਸਾਈਜ਼ ਦੇ ਵਿੱਚ ਜਿਹਨਾਂ ਨੂੰ ਆਪਾਂ ਅਪ ਡਾਊਨ ਕਰਨਾ। ਆਹ ਵੱਡੀਆਂ ਪਾਈਪਾਂ ਜਿਹੜੀਆਂ 6.5 ਫੁੱਟ ਸਾਈਜ਼ ਦੇ ਵਿੱਚ ਆਉਂਦੀਆਂ। ਆਹ ਵਾਲਾ ਰਾਫਟਰ ਜਿਹੜਾ ਪਹਿਲਾਂ ਇਹਦੇ ਵਿੱਚ 1 ਕਿੱਲੀ ਪੈਂਦੀ ਸੀ, ਸੁਰਾਖ ਵਾਲਾ ਆਉਂਦਾ ਸੀ, ਹੁਣ ਇਹਦੇ 'ਚ ਬਹੁਤ ਮੋਟੀਆਂ ਪੱਤੀਆਂ ਵੈਲਡ ਕਰਕੇ ਆ ਗਈਆਂ। ਇਹ ਹੋਰ ਮਜ਼ਬੂਤ ਹੋ ਗਿਆ ਪਹਿਲਾਂ ਨਾਲੋਂ ਵੀ। ਆਹ 3 ਰਾਫਟਰ ਆ ਅਤੇ 4 C-ਐਂਗਲ ਆ। ਤਾਂ ਸਟਾਰਟਰ ਆ 3 HP ਦਾ, ਕਰੰਟਨ ਕੰਪਨੀ ਦਾ। ਤਾਂ ਇਹਦੇ ਨਾਲ ਮਿਲਦੇ ਆ MC4 ਕਨੈਕਟਰ। ਇਹ ਦੁਕਾਨਦਾਰ ਜਮ੍ਹਾਂ ਨਹੀਂ ਲਾਉਂਦੇ, ਟੇਪ ਕਰ ਦਿੰਦੇ ਆ, ਪਰ ਉਹ ਸਿਸਟਮ ਨਹੀਂ ਕਰਨਾ ਚਾਹੀਦਾ ਕਿਉਂਕਿ DC ਕਰੰਟ ਦਾ ਸਪਾਰਕ ਬਹੁਤ ਜ਼ਬਰਦਸਤ ਹੁੰਦਾ ਹੈ ਅਤੇ ਤਾਰਾਂ ਨੂੰ ਅੱਗ ਲੱਗ ਜਾਂਦੀ ਆ। ਅਤੇ ਆਹ ਆਪਾਂ ਲਾਇਆ ਪੋਲ, ਵੇਖ ਸਕਦੇ ਹੋ ਤੁਸੀਂ, ਇਹਦੇ ਵਿੱਚ 3 ਬੋਰੀਆਂ ਦਾ ਮਾਲ ਪਾਇਆ। ਤਾਂ ਰਾਊਂਡ ਪੁਲੀ ਪਹਿਲਾਂ ਨਾਲ ਬਹੁਤ ਹੋਰ ਮੋਟੇ ਸੈਚ ਆ ਗਈ ਆ। ਅੱਗੇ 1 ਹੀ ਸੁਰਾਖ ਹੁੰਦਾ ਸੀ, ਹੁਣ ਇਹ 3-3 ਸੁਰਾਖ ਆ ਗਏ ਆ ਕਿਉਂਕਿ ਇਹ 'ਚ ਕਿੱਲੀਆਂ ਹੁਣ 2 ਪਾਇਆ ਕਰਾਂਗੇ। ਵੀਡੀਓ ਨੂੰ ਸਕਿੱਪ ਨਾ ਕਰਾਇਓ, ਹੁਣ ਆਪਾਂ ਤੁਹਾਨੂੰ ਪੂਰੀ ਵੀਡੀਓ ਫਿੱਟ ਕਰਦਿਆਂ ਦੀ ਵਿਖਾਵਾਂਗੇ।
ਅੱਜ ਆਪਾਂ ਪ੍ਰੋਜੈਕਟ ਲਾਇਆ 3 HP ਦਾ। ਇੱਕ ਗੱਲ ਹੋਰ ਦੱਸਦੀ ਹੈ ਵੀ ਆਪਾਂ ਪਹਿਲਾਂ ਨਾਲੋਂ ਸਟਰਕਚਰ ਹੋਰ ਹੈਵੀ ਕਰਤਾ। ਵਿਖਾਉਣੇ ਆਪਾਂ ਤੁਹਾਨੂੰ ਸਾਰਾ ਸਿਸਟਮ, ਵੇਖ ਸਕਦੇ ਹਾਂ ਪ੍ਰੋਜੈਕਟ ਲੱਗਿਆ ਜੀ। ਇਹਦੇ ਵਿੱਚ ਪਹਿਲਾਂ ਨਾਲੋਂ ਪਲੱਸ ਇੱਕ ਤਾਂ ਰਾਫਟਰ ਹੋ ਗਿਆ ਜੀ, ਇਹ ਹੌਟ ਡਿਪ ਰਾਫਟਰ ਆ ਗਿਆ। ਆਹ ਜਿਹੜੀ ਰਾਊਂਡ ਪੁਲੀ ਇਹਦੇ 'ਚ ਆਪਾਂ ਪਹਿਲਾਂ 1 ਕਿੱਲੀ ਪਾਉਂਦੇ ਸੀ, ਹੁਣ ਜੇ 2 ਕਿੱਲੀਆਂ ਵਾਲਾ ਪ੍ਰੋਜੈਕਟ ਆ ਗਿਆ। ਦੇਖੋ ਤੁਸੀਂ ਇਹ ਸਿਸਟਮ ਹੈਵੀ ਹੋ ਗਿਆ, ਇੱਥੇ ਤੁਸੀਂ ਹੋਰ 1 ਕਿੱਲੀ ਵੀ ਪਾ ਸਕਦੇ ਆ। ਰਾਊਂਡ ਪੁਲੀ ਵੇਖ ਸਕਦੇ ਆ ਪਹਿਲਾਂ ਨਾਲੋਂ ਵੀ ਇਹ ਮੋਟੀ ਆਈ ਆ, ਤੇ ਜਿਹੜੇ 500 ਤੇ ਨਾਟ ਅੱਗੇ 2 ਆਉਂਦੇ ਸੀਗੇ ਆਹ ਵਾਲੇ, ਹੁਣ ਇੱਕ ਇੱਕ ਐਕਸਟਰਾ ਆ ਗਿਆ। ਤੇ ਇਹਦੇ ਵਿੱਚ ਪੈਨਲ ਵਰਤੇ ਆਪਾਂ UDL ਦੇ 335 ਵਾਟ ਦੇ। ਇਸ ਪ੍ਰੋਜੈਕਟ ਦੇ ਪੈਨਲ ਲਾਏ ਆਪਾਂ 10। ਜਿਹੜਾ ਸਟਰਕਚਰ ਆਉਂਦਾ ਉਹ ਸਪੈਸ਼ਲ UDL ਲਿਖਿਆ ਆਉਂਦਾ ਸਟਰਕਚਰ ਦੇ ਉੱਪਰ, ਕਿਉਂਕਿ ਪੈਨਲਾਂ ਦੇ ਨਟਾਂ ਦਾ ਫਰਕ ਆ, ਲੁਬੀ ਦੇ ਨਟਾਂ ਦਾ ਫਰਕ ਆ, ਇਹਦੇ ਨਟਾਂ ਦਾ ਫਰਕ ਆ, ਅਲੱਗ ਅਲੱਗ ਸੱਲ ਵੱਜੇ ਹੋਏ ਆ ਪੈਨਲਾਂ ਦੇ ਵਿੱਚ। ਇੱਥੇ ਡਰਾਈਵ ਲਾਈ ਆਪਾਂ ਕ੍ਰੰਪਟਨ ਕੰਪਨੀ ਦੀ ਵੇਖ ਸਕਦੇ ਹਾਂ, ਧੁੱਪ ਬਹੁਤ ਆ, 50 ਤੇ 4 ਰਨ ਕਰ ਰਹੀ ਆ। ਪੈਨਲਾਂ ਦੀ ਵੋਲਟ ਆ ਜਾਂਦੀ 339 ਦੇ ਕਰੀਬ, ਮੋਟਰ ਅੰਪੇਅਰ ਲਈ ਜਾਂਦੀ 6.6, ਮੋਟਰ ਵੋਲਟੇਜ ਲਈ ਜਾਂਦੀ ਆ 219, ਫ੍ਰੀਕੁਐਂਸੀ ਆ ਜਾਂਦੀ 50। ਹੁਣ ਆਪਾਂ ਪ੍ਰੈਸ਼ਰ ਚੈੱਕ ਕਰਾਉਣੇ ਆ, ਸਿਰਾ ਲੱਗਿਆ ਪਿਆ ਪਾਣੀ ਵਾਲਾ, ਵੇਖ ਸਕਦੇ ਹਾਂ ਪਾਣੀ ਦਾ ਪ੍ਰੈਸ਼ਰ, ਐਂਡ ਪ੍ਰੈਸ਼ਰ ਆ। ਜੇ ਤੁਸੀਂ ਵੀ ਮੋਟਰਾਂ ਲਾਉਣੀਆਂ ਚਾਹੁੰਦੇ ਆ ਘੱਟ ਰੇਟ 'ਤੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।